ਜਿਵੇਂ ਕਿ ਤੁਹਾਨੂੰ ਪਤਾ ਹੈ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਗਵਰਨਮੈਂਟ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਇੱਕ ਕੰਟੀਨਿਊਸ ਮੁਹਿੰਮ ਚੱਲ ਰਹੀ ਹੈ ਉਹਦੇ ਚ ਕੱਲ ਤਰਨ ਤਾਰਨ ਪੁਲਿਸ ਤੇ ਬੀਐਸਐਫ ਵੱਲੋਂ ਤੁਹਾਨੂੰ ਪਹਿਲਾ ਪ੍ਰੈਸ ਰਿਪੋਰਟ ਦਿੱਤਾ ਗਿਆ ਸੀ ਪ੍ਰੈਸ ਨੋਟ ਜਿਹਦੇ ਵਿੱਚ 7 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਹੈਗੀ ਹੈ ਕ੍ਰੋਸ ਬਾਰਡਰ ਫੈਂਸ ਦੇ ਕੋਲੇ ਵਾਨ ਤਾਰਾ ਸਿੰਘ ਪਿੰਡ ਦੇ ਦੀ ਹੱਦ ਚੋਂ ਬਰਾਮਦ ਹੋਈ ਸੀਗੀ ਤੇ ਉਸੇ ਦੀ ਇੱਕ ਜਿਹੜਾ ਹੈਗਾ ਕੱਲ ਹੀ ਕੋਈ ਤਕਰੀਬਨ 2:30-3 ਵਜੇ ਇੱਕ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਤੇ ਪਤਾ ਜਿਹੜੀ ਪੱਕੀ ਸੀ ਤੇ ਕਨਫਰਮ ਸੀ ਕਿ ਦੋ ਜਿਹੜੇ ਹੈਗੇ ਨੇ ਸਮਗਲਰ ਭਰਾ ਸੁਰਜੀਤ ਸਿੰਘ ਸੀਤਾ ਤੇ ਗੁਰਲਾਲ ਸਿੰਘ ਇਹ ਦੋਨੇ ਜਿਹੜੇ ਨੇ ਇਹ ਚੋਲਾ ਸਾਹਿਬ ਦੇ ਧੁੰਨ ਢਾਇਆ ਪਿੰਡ ਦੇ ਰਹਿਣ ਵਾਲੇ ਨੇ ਤੇ ਇਹ ਜਿਹੜੇ ਨੇ ਇਹਨਾਂ ਨੇ ਕਾਫੀ ਦੇਰ ਤੋਂ ਪਹਿਲਾਂ ਵੀ ਇਹਨਾਂ ਦੇ ਮੁਕੱਦਮੇ ਵੀ ਦਰਜ ਨੇ ਤੇ ਇਹ ਹੁਣ ਵੀ ਆਪਣਾ ਜਿਹੜਾ ਹੈਗਾ ਲੋਕੇਸ਼ਨ ਆਪਣਾ ਪਤਾ ਬਦਲ ਕੇ ਆਈਡੈਂਟੀਆਂ ਬਦਲ ਕੇ ਤੇ ਬਾਹਰ ਕਿਸੇ ਹੋਰ ਲੋਕੇਸ਼ਨ ਤੇ ਬੈਠ ਕੇ ਜਿਹੜਾ ਹੈਗਾ ਇਹ ਆਪਣਾ ਧੰਦਾ ਚਲਾ ਰਹੇ ਆ ਤਾਂ ਇਨਫੋਰਮੇਸ਼ਨ ਤੇ ਕੇਸ ਰਜਿਸਟਰ ਕਰਕੇ ਪੁਲਿਸ ਪਾਰਟੀਆਂ ਨੇ ਜਿਹੜਾ ਹੈਗਾ ਉਹਦੇ ਤੇ ਆਪਰੇਸ਼ਨ ਸ਼ੁਰੂ ਕੀਤਾ ਤਾਂ ਸ਼ਾਮ ਦੇ ਕਰੀਬ 3 ਵਜੇ 2:30-3 ਵਜੇ ਦੇ ਕਰੀਬ ਜਿਹੜੀ ਹੈਗੀ ਹੈ ਇਹ ਗੱਡੀਆਂ ਜਿਹੜੀ ਇੱਕ ਗੱਡੀ ਵਰਨਾ ਚਿੱਟੇ ਰੰਗ ਦੀ ਇਹ ਜੰਡਿਆਲਾ ਚੌਂਕ ਚੋਂ ਪੁਲਿਸ ਦੇ ਨਾਕੇ ਨੂੰ ਉਹਦੇ ਵਿੱਚੋਂ ਨਿਕਲ ਕੇ ਚਲੀ ਗਈ ਪੁਲਿਸ ਨੇ ਇਹਦਾ ਪਿੱਛਾ ਕੀਤਾ ਕਰਦੇ ਕਰਾਉਂਦਿਆਂ ਨੂੰ ਤਾਂ ਇਹ ਗ੍ਰੀਨ ਵਿਲਾ ਮਾਨਾ ਵਾਲੇ ਜਾ ਕੇ ਉੱਥੇ ਲੱਭੀ ਉੱਥੋਂ ਜਿਹੜਾ ਹੈਗਾ ਇਹਨਾਂ ਦੋ ਸ਼ਖਸਾਂ ਨੂੰ ਕਾਬੂ ਕੀਤਾ ਗਿਆ ਉਹਦੇ ਵਿੱਚ ਸੁਰਜੀਤ ਸੀਤਾ ਤੇ ਉਹਦੇ ਨਾਲ ਇੱਕ ਗਗਨ ਜਿਹੜਾ ਹੈਗਾ ਗਗਨਦੀਪ ਸਿੰਘ ਉਹ ਵੀ ਢਾਇਆ ਧੁੰਨ ਢਾਇਆ ਪਿੰਡ ਦਾ ਉਹ ਦੋਨੇ ਉੱਥੋਂ ਕਾਬੂ ਕੀਤੇ ਉਹਨਾਂ ਤੋਂ 2 ਪਿਸਤਲ ਤੇ 4 ਕਿਲੋ ਹੈਰੋਇਨ ਤੇ 2,60,000 ਰੁਪਇਆ ਕੈਸ਼ ਉਹਨਾਂ ਤੋਂ ਬਰਾਮਦ ਹੋਇਆ ਇਹ ਦੋਨੇ ਹੀ ਸ਼ਖਸ ਜਿਹੜੇ ਨੇ ਤਕਰੀਬਨ ਇਹਨਾਂ ਤੇ 6-6, 7-7 ਮੁਕੱਦਮੇ ਪਹਿਲਾਂ ਦਰਜ ਨੇ ਕੁਛ ਐਨਡੀਪੀਐਸ ਦੇ ਨੇ ਗਗਨ ਦੇ ਉੱਪਰ ਜਿਹੜੇ ਨੇ 392-307 ਹੋਰ ਡਕੈਤੀਆਂ ਦੇ ਕੁਛ ਇਸ ਟਾਈਪ ਦੇ ਮੁਕੱਦਮੇ ਵੀ ਦਰਜ ਨੇ ਤੋ ਜਿਹੜੀ ਫਰਦਰ ਜਿਹੜੀ ਹੈਗੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜਾ ਇਹਨਾਂ ਦਾ ਇੱਕ ਸੁਰਜੀਤ ਸੀਤੇ ਦਾ ਭਰਾ ਹੈਗਾ ਗੁਰਲਾਲ ਉਹ ਵੀ ਜਿਹੜਾ ਹੈਗਾ ਐਬਸਕੌਂਡਿੰਗ ਹੈ ਉਹ ਹਲੇ ਸਾਨੂੰ ਮਿਲਿਆ ਨਹੀਂ ਹੈ ਤੇ ਉਹਦੀ ਵੀ ਤਲਾਸ਼ ਜਾਰੀ ਹੈ ਬਾਕੀ ਜਿਹੜੇ ਇਹਦੇ ਫਾਰਵਰਡ ਲਿੰਕੇਜਸ ਜਿਹੜੇ ਨੇ ਸਪਲਾਇਰ ਨੇ ਜਿੱਥੋਂ ਆ ਰਿਹਾ ਤੇ ਜਿੱਥੇ ਜਿੱਥੇ ਵੇਚ ਰਹੇ ਨੇ ਉਹਨਾਂ ਦੀ ਅਸੀਂ ਜਿਹੜੀ ਹੈਗੀ ਆ ਤਹਿਕੀਕਾਤ ਕਰ ਰਹੇ ਹਾਂ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਕਰਕੇ ਉਹਦੇ ਅਗਲੀ ਕਾਰਵਾਈ ਕੀਤੀ ਜਾਊਗੀ 4 ਕਿਲੋ ਤਾਂ ਇਹ ਵਾਲੀ ਹੈ ਇਸ ਮੋਡਿਊਲ ਦੇ ਵਿੱਚ ਤੇ ਜਿਹੜੀ ਮੈਂ ਪਹਿਲਾਂ ਦੱਸਿਆ ਬੀਐਸਐਫ ਵਾਲੀ ਜਿਹੜੀ ਸੀਗੀ ਉਹ ਕੋਈ 6 ਕਿਲੋ ਤੇ 400 ਗ੍ਰਾਮ ਹੈ ਹਾਂਜੀ 2 ਵੈਪਨ ਨੇ ਇੱਕ 30 ਬੋਰ ਦਾ ਹੈਗਾ ਪਿਸਤਲ ਤੇ ਇੱਕ ਜਿਹੜਾ ਹੈਗਾ 45 ਬੋਰ ਦਾ ਸਮੇਤ ਐਮੂਨੀਸ਼ਨ ਜਿੰਦਾ ਕਾਰਤੂਸ ਵੀ ਹੈਗੇ ਨੇ ਜੀ ਡਰੱਗ ਮਨੀ ਹੈ 2,60,000 ਰੁਪਇਆ ਕੈਸ਼ ਇਹਨਾਂ ਤੋਂ ਬਰਾਮਦ ਹੋਇਆ ਉਹ ਜਿਹੜੇ ਇੱਥੇ ਸਾਰੇ ਲੋਕਲ ਤੋਂ ਕੁਛ ਤਰਨ ਤਾਰਨ ਦੇ ਏਰੀਏ ਚ ਜੰਡਿਆਲੇ ਦੇ ਏਰੀਏ ਚ ਤੇ ਹੁਣ ਉਹੀ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਊਗੀ ਹਲੇ ਪ੍ਰੀਲਿਮਨਰੀ ਦੇ ਵਿੱਚ ਤਾਂ ਇਹ ਪਤਾ ਲੱਗਿਆ ਨੈਚੁਰਲੀ ਇਹ ਜਿਹੜੀ ਹੈਗੀ ਇਹਦਾ ਸਿਰਫ ਸੋਰਸ ਹੈ ਅੱਗੇ ਪਿੱਛੇ ਜਦੋਂ ਬੈਕਵਰਡ ਚੱਲ ਰਹੇ ਹੈ ਜਿਹੜਾ ਇਹਨਾਂ ਦਾ ਸਪਲਾਇਰ ਹੈ ਉਹ ਹਲੇ ਕੋਡ ਵਰਡ ਦੇ ਵਿੱਚ ਉਹਨਾਂ ਨੂੰ ਮਿਲ ਕੇ ਜਾਂਦਾ ਹੈ ਜਾਂ ਦੇ ਕੇ ਜਾਂਦਾ ਸੀਗਾ ਉਹਨੂੰ ਬ੍ਰੇਕ ਕਰ ਰਹੇ ਹੈ ਸੋ ਉਹਨੂੰ ਆਈਡੈਂਟੀਫਾਈ ਕਰਾਂਗੇ ਅਗਲੀ ਕਾਰਵਾਈ ਕਰਾਂਗੇ